ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਮੁੰਡਾ ਵਿਖੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਮੀਡੀਆ ਨਾਲ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਸਾਹਿਬ ਸਿੰਘ ਉਮਰ ਤਕਰੀਬਨ 16 ਸਾਲ, ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ, ਜਿਸ ਦੀ ਅੱਜ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਸਰਕਾਰ ਦੇ ਦਾਅਵਿਆਂ ਨੂੰ ਝੂਠ ਸਾਬਿਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਕਹਿੰਦੀ ਸੀ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ। ਉਹ ਸਰਕਾਰ ਦੀ ਗੱਲ ਬਿਲਕੁਲ ਝੂਠ ਸਾਬਿਤ ਹੋ ਰਹੀ ਹੈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਉਂਕਿ ਉਹਨਾਂ ਦਾ ਪੁੱਤ ਇਸ ਨਸ਼ੇ ਦੀ ਭੇਟ ਚੜ ਗਿਆ। ਨਸ਼ੇ ਦੇ ਨਾਲ ਹੋਈ ਹੈ ਜੀ, ਨਸ਼ਾ ਘਰ ਘਰ ਵਿਕ ਜਾਂਦੇ ਆ ਜੀ, ਨਸ਼ੇ ਦਾ ਕੋਈ ਨਾ ਕੋਈ ਹੱਲ ਹੋਵੇ, ਨਿੱਕੇ ਨਿੱਕੇ ਨੌਜਵਾਨ ਤੁਰ ਜਾਂਦੇ ਆ ਜੀ। ਨਾ ਜੀ ਨਾ, ਗਲੀ ਮੁਹੱਲੇ ਜੀ ਕਿੱਥੋਂ ਮਰਜ਼ੀ ਚੁੱਪੜੀਆਂ ਲੈ ਲੈ ਤੁਰੇ ਫਿਰਦੇ, ਕੋਈ ਨਹੀਂ ਹਟਿਆ। ਕਿੰਨੇ ਭੈਣ ਭਰਾ ਸੀ? ਦੋ ਆ ਜੀ। ਹਾਂਜੀ ਹਾਂਜੀ, ਇਕੱਲਾ ਇਕੱਲਾ ਜੀ। ਸਾਡਾ ਤਾਂ ਸਾਰਾ ਕੁਝ ਲੁੱਟਿਆ ਗਿਆ ਜੀ, ਅਸੀਂ ਤਾਂ ਕਹਿੰਦੇ ਜੋ ਵੀ ਹੋ ਸਕਦਾ ਗਾਂ ਵਾਲੀ ਪੀੜ੍ਹੀ ਦੇ ਬਾਜੇ ਤੇ ਕੁਛ ਇਹਨਾਂ ਨੂੰ ਜੋ ਵੀ ਹੋ ਸਕਦਾ ਇਹਨਾਂ ਕੋਲ ਸਿਆਪਾ ਚਿੱਟੇ ਦਾ ਉਹ ਹੀ ਗੰਜਰ ਕਰਨਾ ਕੀਤਾ ਕਿਤੇ ਉਹ ਇੱਥੇ ਡਿੱਗਾ ਹੀ ਵੇਖ ਲਿਆ ਇਹਨੂੰ। ਗੁਰਸਾਹਿਬ ਸਿੰਘ 17 ਸਾਲ ਸਾਰੀ ਉਮਰ ਹੋਈ, ਇੱਕ ਭੈਣ ਇੱਕ ਭਰਾ, ਮੇਰਾ ਭਤੀਜਾ ਵਾ। ਓਏ ਨਸ਼ਾ ਖਤਮ ਹੋ ਗਿਆ ਜਾਂ ਸਾਹਮਣੇ ਪਏ? ਓਏ ਆ ਸਾਹਮਣੇ ਸਰੀਰ ਪਈ, ਕਿੱਥੇ ਖਤਮ ਹੋਇਆ? ਇਹ ਸਭ ਸਰਕਾਰ ਆਪ ਵਿਖਾਉਂਦੀਆਂ, ਇਹ ਸਭ ਇਹਨਾਂ ਦਾ ਆਪ ਕੀਤਾ ਖਸਰਿਆ ਹੋਏ।